गन वायलेंस द हाकयां ਤੋਂ ਚੱਲੀ ਆ ਰਹੀ ਸਮੱਸਿਆ ਹੈ ਜਿਸ ਨੂੰ ਅਣਗਿਣਤ ਸਿਆਸਤਦਾਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਆਗਾਮੀ ਸੂਬਾਈ ਚੋਣਾਂ ਦੇ ਮੱਦੇਨਜ਼ਰ ਪ੍ਰੀਮੀਅਰ ਡਗਫੋਰਡ 온ਟਾਰੀਓ ਵਿੱਚ ਬੰਦੂਕਾਂ ਤੇ ਗੈਂਗਸ ਦੇ ਨਾਲ ਨਜਿੱਠਣ ਲਈ 75 ਮਿਲੀਅਨ ਡਾਲਰਸ ਦੇ ਨਿਵੇਸ਼ ਦਾ ਐਲਾਨ ਕਰ ਰਹੇ ਨੇ ਪਰ ਕੀ ਇਹ ਕਦਮ ਬੰਦੂਕ ਹਿੰਸਾ ਨੂੰ ਰੋਕਣ ਵਿੱਚ ਸਾਰਥਕ ਹੋਵੇਗਾ ਵੇਖਦੇ ਹਾਂ ਕੀ ਕਹਿਣਾ ਹੈ ਇੱਕ ਸਾਬਕਾ ਗੈਂਗ ਲੀਡਰ ਦਾ ਇਸ ਸੰਬੰਧੀ ਫੋਰਥ ਤੋ ਪੁੱਛਿਆ ਗਿਆ ਕਿ ਅਸੀਂ ਨਸ਼ਿਆਂ ਵਿਰੁੱਧ ਲੜਾਈ ਵਿੱਚ ਅਰਬਾ ਡਾਲਰਸ ਖਰਚੇ ਜਾਂਦੇ ਵੇਖਦੇ ਹਾਂ ਅਸੀਂ ਸ਼ਹਿਰ ਦੇ ਸਾਬਕਾ ਪੁਲਿਸ ਮੁਖਿਆ ਨੂੰ ਇਹ ਵੀ ਕਹਿੰਦੇ ਸੁਣਿਆ ਹੈ ਕਿ ਇਹ ਸਮੱਸਿਆ ਤੋਂ ਪੈਸਾ ਖਰਚ ਕੇ ਬਾਹਰ ਨਹੀਂ ਨਿਕਲਿਆ ਜਾ ਸਕਦਾ ਕੀ ਤੁਹਾਨੂੰ ਲੱਗਦਾ ਹੈ ਕਿ ਗਨਸ ਅਤੇ ਗੈਂਗਸ ਵਿੱਚ ਲੱਖਾਂ ਡਾਲਰਸ ਹੋਰ ਐਲਾਨ ਕੇ ਕੁਝ ਫਰਕ ਲਿਆਂਦਾ ਜਾ ਸਕੇਗਾ ਆਈ ਥਿੰਕ ਇਟਸ ਗੋਇੰਬੀ ਅ ਹਿਊਜ ਡਿਫਰੈਂਸ ਵੀ ਨੀਡ ਮੋਰ ਬੂਟਸ ਓਨ ਦਾ ਗਰਾਉਂਡ ਵੀ ਨੀਡ ਮੋਰ ਪੁਲਿਸ ਆਫਸਰਸ ਓਨ ਦਾ ਗਰਾਉਂਡ ਫੋਰਥ ਦੀ ਮੁਹਿੰਮ ਵਿੱਚ ਅਪਰਾਧ ਖਿਲਾਫ ਕਠੋਰ ਸ਼ੈਲੀ ਅਪਣਾਈ ਹੋਈ ਵਿਖ ਰਹੀ ਹੈ ਅਤੇ ਉਹਨਾਂ ਅਪਰਾਧਿਕ ਗਤੀਵਿਧੀ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਅਤੇ ਸਰਹੱਦ ਦੇ ਪਾਰ ਗੈਰ ਕਾਨੂੰਨੀ ਬੰਦੂਕਾਂ ਦੇ ਪ੍ਰਵਾਹ ਨੂੰ ਰੋਕਣ ਬਾਰੇ ਬਿਆਨ ਦਿੱਤਾ। I government knows the police can't fight these thugs alone and as premier I promise they'll never have to. ਅਸੀਂ ਇੱਕ ਸਾਬਕਾ ਗੈਂਗ ਲੀਡਰ ਤੋਂ ਪੁੱਛਿਆ ਕਿ ਜਿੰਨੇ ਸਾਲ ਤੁਸੀਂ ਗੈਂਗ ਵਿੱਚ ਸੀ ਜਾਂ ਬੱਚਿਆਂ ਨੂੰ ਗੈਂਗਸ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰ ਰਹੇ ਸੀ ਕੀ ਤੁਸੀਂ ਕਦੇ ਪੁਲਿਸਿੰਗ ਵਿੱਚ ਪੈਸੇ ਦਾ ਵਧੇਰੇ ਨਿਵੇਸ਼ ਬੰਦੂਕ ਹਿੰਸਾ ਨੂੰ ਘਟਾਉਣ ਵਿੱਚ ਮਦਦਗਾਰ ਹੁੰਦੇ ਵੇਖਿਆ ਮਾਰਸੇਲ ਵਿਲਸਨ ਇੱਕ ਸਾਅਬ ਦਾ ਗੈਂਗ ਲੀਡਰ ਨੇ ਉਹ ਅਤੇ ਉਸ ਦੇ ਸਹਿਯੋਗੀ ਸਵੀਨੋ ਗਰੇਸੀ ਹੁਣ 1 ਬਾਈ 1 ਮੂਵਮੈਂਟ ਚਲਾਉਂਦੇ ਨੇ ਇੱਕ ਸੰਸਥਾ ਜੋ ਨੌਜਵਾਨਾਂ ਨੂੰ ਗੈਂਗ ਤੋਂ ਬਾਹਰ ਕੱਢਣ ਲਈ ਕੰਮ ਕਰਦੀ ਹੈ ਉਹਨਾਂ ਦਾ ਮੰਨਣਾ ਹੈ ਕਿ ਅੱਜ ਐਲਾਨਿਆ ਗਿਆ ਨਿਵੇਸ਼ ਕੁਝ ਕਮਜ਼ੋਰ ਪਾਈਚਾਰਿਆਂ ਵਿੱਚ ਖਰਚਾ ਜਾ ਸਕਦਾ ਹੈ ਜਿਵੇਂ ਕਿ ਕਮਿਊਨਿਟੀ ਸੈਂਟਰਸ ਯੂਥ ਪ੍ਰੋਗਰਾਮਸ Really, just engaging like on a face-to-face, door-to-door level, we don't see that. You know, uh, where we're actually the only ones really out there when we're out in these neighborhoods, you know, communicating physically with people. And when you combine those kinds of resources with good mentoring and, and good uh, leadership that's part of the community and can really get that outreach going, that's when I think you you find a better outcome. ਫੋਰਡ ਟ੍ਰਾਂਟੋਪੋਲਿਸ ਪੁਲਿਸ ਦੀ ਡਿਵੀਜ਼ਨ 23 ਦੇ ਪਾਰਕਿੰਗ ਲੋਟ ਵਿੱਚ ਕੋਸ਼ਨਾ ਕਰ ਰਹੇ ਸਨ ਨਾਰਥ ਟੋਬਿਕੋ ਦਾ ਉਹ ਖੇਤਰ ਜੋ ਹਿੰਸਾ ਨਾਲ ਗ੍ਰਸਤ ਸੀ ਇਸ ਸਾਲ ਫ फेब्रुवारी ਵਿੱਚ ਨੌਜਵਾਨ ਹਾਸ਼ਿਮ 우ਮਾਰ ਹਾਸ਼ੀ ਨੂੰ ਮਾਰ ਦਿੱਤਾ ਗਿਆ ਸੀ ਫੋਰਡ ਨੇ ਫੰਡਿੰਗ ਕੋਸ਼ਨਾ ਦੇ ਹਿੱਸੇ ਵਿੱਚ ਸੜਕਾਂ ਤੋਂ ਬੰਦੂਕਾਂ ਹਟਾਉਣ ਦਾ ਵਾਅਦਾ ਕੀਤਾ ਵਿਲਸਨ ਜਿਸ ਨੂੰ ਲੋਕ ਜੂਨੀਅਰ ਵਜੋ ਜਾਣਦੇ ਹਨ ਨੇ ਕਿਹਾ ਕਿ ਹਤਿਆਵਾਂ ਨੂੰ ਰੋਕਣ ਲਈ ਬੰਦੂਕਾਂ ਦੀ ਸ਼ਿਪਮੈਂਟ ਨੂੰ ਰੋਕਣਾ ਜ਼ਰੂਰੀ ਹੈ ਅਤੇ ਅਜਿਹਾ ਕਰਨ ਲਈ ਅਤੇ ਸਾਡੇ ਭਾਈਚਾਰਿਆਂ ਤੱਕ ਬੰਦੂਕ ਪਹੁੰਚਾਉਣ ਤੋਂ ਬਾਅਦ ਗਨਸ ਦੀ ਪਾਲ ਲਈ ਸਰਕਾਰ ਅਤੇ ਪੁਲਿਸ ਪਲਾ ਨੂੰ ਉਹਨਾਂ ਸੰਸਥਾਵਾਂ ਵਿੱਚ ਨਿਵੇਸ਼ ਕਰਨ ਅਤੇ ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਜਿਨ੍ਹਾਂ ਤੇ ਭਾਈਚਾਰਿਆਂ ਨੂੰ ਭਰੋਸਾ ਹੈ ਨਹੀਂ ਤਾਂ ਸਭ ਵਿਅਰਥ ਹੈ ਸੋ ਆਈ ਥਿੰਕ ਵੀ ਗੋਇੰ ਟੂ ਸੀ ਯੂ ਨੋ ਅ ਸਰਜ ਇਨ ਵਾਇਲੈਂਸ ਇਫ ਥਿਸ ਇਸ ਨਾਟ ਇਫੈਕਟਿਵ